ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤਿਹ ਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਦਾ ਮਹੀਨਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਾਰੀ ਦੁਨੀਆ ਦੇ ਵਿੱਚ ਹੀ ਗੁਰੂ ਘਰਾਂ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਛਬੀਲਾਂ ਲਾਈਆਂ ਜਾਂਦੀਆਂ ਹਨ, ਅਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ, ਕੀਰਤਨ ਕਥਾ ਵਾਚਕ ਉਹਨਾਂ ਦੀ ਜੀਵਨੀ ਦੇ ਬਾਰੇ ਇਤਿਹਾਸ ਤੋਂ ਸਾਰੀਆਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਹਨ। ਤੋ ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ, ਉੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਨਿਊਯਾਰਕ ਦੇ ਗੁਰਦੁਆਰਾ ਸੰਤ ਸਾਗਰ ਗੁਰੂ ਘਰ ਵਿੱਚ। ਜਿੱਥੇ ਸ਼ਹੀਦਾਂ ਦੇ ਸਰਦਾਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਨੇ ਕੋਲੋਂ ਕੋਈ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੁਰੂ ਕੀਤਾ ਸੀ ਇੱਕ ਬਲੱਡ ਡੋਨੇਸ਼ਨ ਕੈਂਪ, ਖੂਨਦਾਨ ਕੈਂਪ ਜਿਹੜਾ ਕਿ ਹਰ ਸਾਲ ਲਾਇਆ ਜਾਂਦਾ ਹੈ। ਤੋ ਉੱਥੇ ਜਿਹੜੀਆਂ ਅਫੀਸ਼ੀਅਲ ਤੌਰ 'ਤੇ ਜਿਹੜੀਆਂ ਬੱਸਾਂ ਆਉਂਦੀਆਂ ਹਨ ਅਤੇ ਉੱਥੇ 120-30-40 ਤੱਕ ਵੀ, ਕਈ ਵਾਰੀ 150 ਤੱਕ ਵੀ ਜਿਹੜੀ ਸੰਗਤ ਉਹਦੇ ਜਿਹੜੀ ਆਪਣਾ ਬਲੱਡ ਡੋਨੇਟ ਕਰਕੇ ਜਾਂਦੀ ਹੈ, ਕਿਉਂਕਿ ਜਿਹੜਾ ਖੂਨਦਾਨ ਹੈ ਇੱਕ ਬਹੁਤ ਹੀ ਪੁੰਨ ਦਾ ਕੰਮ ਹੈ। ਕਹਿੰਦੇ ਹਨ ਕਿ ਇੱਕ ਇਨਸਾਨ ਦਾ ਜਿਹੜਾ ਖੂਨ ਦਿੱਤਾ ਹੋਇਆ ਘੱਟੋ ਘੱਟ 6 ਜਾਂ 7 ਬੰਦਿਆਂ ਦੀਆਂ ਜਿਹੜੀਆਂ ਜਾਨਾਂ ਬਚਾ ਸਕਦਾ ਹੈ। ਸੋ ਅੱਜ ਅਸੀਂ ਤੁਹਾਨੂੰ ਲੈ ਸਕਦੇ ਹਾਂ ਉੱਥੇ ਕਿ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਲਾਈਨ ਦੇ ਵਿੱਚ ਆ ਕੇ ਖੂਨਦਾਨ ਦਾ ਜਿਹੜਾ ਖੂਨਦਾਨ ਕਰ ਰਹੀਆਂ ਹਨ ਸੰਤ ਸਾਗਰ ਗੁਰੂ ਘਰ ਦੇ ਵਿੱਚ, ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ, ਜਿੱਥੇ ਗੁਰੂ ਘਰ ਜਿਹੜੇ ਹਨ ਹਮੇਸ਼ਾ ਹਰ ਸਮੇਂ ਤਿਆਰ ਰਹਿੰਦੇ ਹਨ ਮਨੁੱਖਤਾ ਦੇ ਭਲੇ ਦੇ ਲਈ। ਇਹ ਵੀ ਇੱਕ ਭਲਾਈ ਦਾ ਕੰਮ ਹੈ। ਸੋ ਅਸੀਂ ਸੰਤ ਸਾਗਰ ਗੁਰੂ ਘਰ ਦੀ ਸਾਰੀ ਸੰਗਤ ਨੂੰ ਅਤੇ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ ਸਾਰੀ ਕਮਿਊਨਿਟੀ ਵੱਲੋਂ ਕਿ ਇੱਕ ਚੰਗਾ ਕਾਰਜ ਜਿਹੜਾ ਉਹ ਹਰ ਸਾਲ ਕਰਦੇ ਹਨ। ਸੋ ਆਓ ਤੁਹਾਨੂੰ ਉਸਦੀਆਂ ਜਿਹੜੀਆਂ ਕੁਛ ਝਲਕੀਆਂ ਦਿਖਾਉਂਦੇ ਹਾਂ, ਸੰਤ ਸਾਗਰ ਗੁਰੂ ਘਰ ਲੈ ਕੇ ਚੱਲਦੇ ਹਾਂ ਜਿੱਥੇ ਖੂਨਦਾਨ ਦਾ ਜਿਹੜਾ ਕੈਂਪ ਲੱਗਾ ਹੋਇਆ ਹੈ। ਜੀ 2001 ਤੋਂ ਚੱਲਦਾ ਪਿਆ, 2001 ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਸਰਤਾਜ ਪੰਜਵ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਦਿਹਾੜੇ ਨੂੰ ਅਸੀਂ ਕੈਮੋਮਰੇਟ ਕਰਦੇ ਹਾਂ। ਔਰ ਅੱਜ ਤੋਂ ਨਹੀਂ ਤਕਰੀਬਨ 22-23 ਸਾਲ ਹੋ ਗਏ ਜੀ, ਇਹ ਜੋ ਬਲੱਡ ਕੈਂਪ ਹੈ ਇਹ ਜੋ ਸ਼ੁਰੂਆਤ ਕੀਤੀ ਗਈ ਸੀਗੀ। ਅੱਜ ਤੋਂ ਪਹਿਲਾਂ ਜਦੋਂ ਅਸੀਂ
ਇਹ ਸ਼ੁਰੂ ਜਦੋਂ ਕੀਤਾ ਸੀਗਾ 2001 ਦੇ ਵਿੱਚ, ਉਦੋਂ ਬੜੀ ਮੁਸ਼ਕਿਲ ਨਾਲ ਸਾਨੂੰ ਪਰਮਿਸ਼ਨ ਮਿਲੀ ਸੀਗੀ ਅਤੇ ਸਾਡੇ ਕੋਲ ਇੱਕ ਬੱਸ ਇੱਥੇ ਆਉਂਦੀ ਸੀਗੀ ਅਤੇ ਉਸਦੇ ਵਿੱਚ ਹੀ ਅਸੀਂ ਕੈਂਪ ਲਾਇਆ ਕਰਦੇ ਸੀਗੇ। ਦਾ ਮਕਸਦ ਇਹ ਹੈਗਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਸਾਨੂੰ ਦੱਸਿਆ ਕਿ ਮਨੁੱਖਤਾ ਨੂੰ ਕਿਸ ਤਰ੍ਹਾਂ ਅਸੀਂ ਉਜਾਗਰ ਰੱਖਣਾ ਹੈਗਾ, ਔਰ ਮਨੁੱਖਤਾ ਲਈ ਕਿਸ ਤਰ੍ਹਾਂ ਪਾਤਸ਼ਾਹ ਨੇ ਆਪਣੀ ਸ਼ਹੀਦੀ ਦਿੱਤੀ ਸੀਗੀ, ਉਹ ਸ਼ਹੀਦੀ ਨੂੰ ਅਸੀਂ ਕੈਮੋਰੇਟ ਕਰਦੇ ਹੈਗੇ ਹਾਂ। ਔਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸੰਗਤਾਂ ਦੇ ਹੁੰਕਾਰੇ ਦੇ ਨਾਲ, ਜਿਸ ਤਰ੍ਹਾਂ ਜਿਹੜਾ ਸੁਮ ਮਾ ਕੇ ਸਾਡੇ ਕੋਲ ਆਉਂਦੇ ਹੈਗੇ ਆ, ਉਹਨਾਂ ਦੇ ਨਾਲ ਮਿਲ ਕੇ ਅੱਜ ਤਿੰਨ ਤਿੰਨ ਬੱਸਾਂ ਇੱਥੇ ਆਉਂਦੀਆਂ ਅਤੇ ਤਕਰੀਬਨ 100, 120, 130 ਬਲੱਡ ਪੁਆਇੰਟਸ ਡੋਨੇਟ ਹੁੰਦੇ ਆ। ਤੁਸੀਂ ਜਦੋਂ ਇੱਕ ਵਾਰੀ ਇੱਕ ਬੰਦਾ ਬਲੱਡ ਡੋਨੇਟ ਕਰਦਾ ਤਾਂ 6 ਬੰਦਿਆਂ ਦੀ ਉਹ ਲਾਈਫ ਸੇਵ ਕਰਦਾ। ਇਸ ਤੋਂ ਵੱਡੀ ਹੋਰ ਤੁਹਾਡੇ ਕੋਲ ਕੀ ਮੌਕਾ ਤੁਸੀਂ ਹੈਲਪ ਕਰੋਗੇ? ਖੂਨਦਾਨ ਮਹਾਦਾਨ ਕਿਹਾ ਜਾਂਦਾ, ਉਹਨੂੰ ਉਪਲਕਸ਼ ਰੱਖਦੇ ਹੋਏ ਸੰਗਤਾਂ ਦੇ ਸਹਿਯੋਗ ਦੇ ਨਾਲ, ਔਰ ਜਿੰਨੇ ਸਾਡੇ ਮੈਨੇਜਮੈਂਟ ਟੀਮ ਹੈਗੀ ਹੈ, ਜਿੰਨੇ ਸਾਡੇ ਸੇਵਾਦਾਰ ਹੈਗੇ ਆ, ਸਾਰੇ ਸਹਿਯੋਗ ਕਰਦੇ ਆ, ਔਰ ਦੂਰੋਂ ਨੇੜੋਂ ਸੰਗਤਾਂ ਆ ਕੇ ਇੱਥੇ ਬਲੱਡ ਡੋਨੇਟ ਕਰਦੀਆਂ। ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲੱਗੇ ਹੋਏ ਆ, ਇੱਥੇ ਅਸੀਂ ਗੰਨਿਆਂ ਦਾ ਰਸ ਲਾਇਆ ਹੋਇਆ ਤਾਂ ਕਿ ਸੰਗਤਾਂ ਉਹਨੂੰ ਪੀ ਕੇ ਐਨਰਜੈਟਿਕ ਹੋਣ ਔਰ ਆਪਣਾ ਬਲੱਡ ਦੇਣ। ਔਰ ਹਮੇਸ਼ਾ ਅਸੀਂ ਇਹ ਸਭ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲਿਆ ਕਰੋ, ਹਮੇਸ਼ਾ ਵੱਧ ਚੜ੍ਹ ਕੇ ਆਇਆ ਕਰੋ, ਔਰ ਬਲੱਡ ਡੋਨੇਟ ਕਰਨਾ ਬਹੁਤ ਅੱਛੀ ਗੱਲ ਹੈ। ਡੋਨੇਟ ਬਲੱਡ ਆਲਵੇਜ਼। ਥੈਂਕ ਯੂ।